ਸਮਾਣਾ ਦੇ ਕੇਸਵ ਨਗਰ ਦਾ ਇੱਕ ਨੌਜਵਾਨ ਮਨੀਸ਼ ਸਿੰਗਲਾ 2 ਮਹੀਨੇ ਪਹਿਲਾਂ ਫਿਲੀਪੀਨਸ ਗਿਆ ਸੀ ਆਪਣੇ ਰੁਜ਼ਗਾਰ ਦੇ ਲਈ, ਲੇਕਿਨ ਅੱਜ ਅਚਾਨਕ ਸਵੇਰੇ ਘਰ ਨੂੰ ਫੋਨ ਆਇਆ ਹੈ ਮਾਤਾ ਪਿਤਾ ਨੂੰ, ਪਿਤਾ ਉਸਕੇ ਹੈ ਨਹੀਂ, ਮਾਂ ਨੂੰ ਫੋਨ ਆਇਆ ਵੀ ਉਸਕੇ ਅਚਾਨਕ ਉਸਦੇ ਦੋਸਤਾਂ ਨੇ ਫੋਨ ਕੀਤਾ ਵੀ ਉਹਨੂੰ ਦਿਲ ਦਾ ਦੌਰਾ ਪਿਆ ਔਰ ਉਸਦੀ ਅਚਾਨਕ ਮੌਤ ਹੋ ਗਈ ਹੈ। ਲੇਕਿਨ ਇਸ ਸੂਚਨਾ ਮਿਲਣ ਦੇ ਬਾਅਦ ਪਰਿਵਾਰ ਦੇ ਵਿੱਚ ਗਮ ਦਾ ਮਾਹੌਲ ਹੈ ਔਰ ਉਸਦੇ ਪਿਤਾ ਕੀ ਪਹਿਲਾਂ ਡੈਥ ਹੋ ਚੁੱਕੀ ਹੈ। ਪਰਿਵਾਰ ਦਾ ਇਕਲੌਤਾ ਸੀ ਔਰ ਇਸ ਕਰਕੇ ਹੀ ਪਰਿਵਾਰ ਦਾ ਪਾਲਣ ਪੋਸ਼ਣ ਦੇ ਲਈ ਆਪਣਾ ਰੁਜ਼ਗਾਰ ਚੰਗਾ ਚੱਲ ਸਕੇ ਉੱਥੇ ਜਾ ਕੇ ਉਹਨੇ ਕੁਝ ਕੰਮ ਸ਼ੁਰੂ ਕੀਤਾ ਜਿਹੜਾ ਉਸਦਾ ਚੱਲ ਵੀ ਪਿਆ ਸੀ, ਲੇਕਿਨ ਇਹ ਅਚਾਨਕ ਇਹ ਦਿਲ ਦਾ ਦੌਰਾ ਪੈਣ ਨਾਲ ਮਨੀਸ਼ ਸਿੰਗਲਾ ਦੀ ਫਿਲੀਪੀਨਸ ਦੇ ਵਿੱਚ ਮੌਤ ਹੋਈ ਹੈ। ਪੂਰੇ ਪਰਿਵਾਰ ਦੇ ਵਿੱਚ ਸੂਚਨਾ ਦੇ ਬਾਅਦ ਮਾਯੂਸੀ ਦਾ ਮਾਹੌਲ ਹੈ। ਮਨੀਸ਼ ਸਿੰਗਲਾ ਨਾਮ ਸੀ ਜੀ, ਫਿਲੀਪੀਨਸ ਗਿਆ ਸੀ 1 ਮਹੀਨਾ ਪਹਿਲਾਂ ਅਤੇ ਅੱਜ ਸਵੇਰੇ ਤਕਰੀਬਨ 7 ਵਜੇ ਸਾਨੂੰ ਉਰੇ ਪਤਾ ਲੱਗਿਆ ਵੀ ਉਹਨਾਂ ਨੂੰ ਅਟੈਕ ਹੋ ਗਿਆ। ਕਿੰਨੀ ਏਜ ਹੈ ਇਸਦੀ? ਏਜ 35 ਸਾਲ ਦੀ ਏਜ ਹੈ ਸਾਰੀ ਦੀ। ਮੈਰਿਜ ਹੋਈ ਹੋਈ ਹੈ, ਇੱਕ ਛੋਟੀ ਬੱਚੀ ਹੈ ਜੀ। ਅੱਛਾ, ਹਾਂਜੀ। ਅਤੇ ਇਹਦੇ ਫਾਦਰ ਸਾਹਿਬ ਥੇ? ਨਾ, ਫਾਦਰ ਐਕਸਪਾਇਰ ਹੋਏ ਨੇ ਪਹਿਲਾਂ। ਹਾਂਜੀ ਹਾਂਜੀ। ਫਿਲੀਪੀਨਸ ਗਿਆ ਸੀ ਜੀ, ਫਿਲੀਪੀਨਸ। ਤਕਰੀਬਨ 7-8 ਲੱਖ ਰੁਪਇਆ ਲੱਗਿਆ ਸੀ ਜੀ ਭੇਜਣ 'ਤੇ। ਸਵੇਰੇ ਘਰ ਸੀ, 7:30 ਵਜੇ ਫੋਨ ਆਇਆ, 8 ਵਜੇ ਦੇ ਕਰੀਬ ਉਰੇ ਪੰਜਾਬ ਦੇ ਵਿੱਚ ਸਾਡੇ ਘਰ ਵਿਆਹ ਕਰਕੇ ਉਹਨੂੰ ਅਟੈਕ ਹੋ ਗਿਆ, ਪਰ ਸਾਨੂੰ ਯਕੀਨ ਨਹੀਂ ਹੋਇਆ ਹੈਗਾ। ਬਹੁਤ ਬੁਰਾ ਹਾਲ ਹੈ ਸਾਡੇ ਘਰ ਦਾ। ਉਹਦੀ ਸਿਸਟਰ ਹੈ, ਮੈਰਿਡ ਹੈ, ਬਸ ਇਕੱਲੀ ਬੱਚਾ ਸੀ, ਸਿਸਟਰ ਸੀ, ਉਹ ਮੈਰਿਡ ਹੈ। 35 ਸਾਲ ਦੀ। ਸਰਕਾਰ ਤਾਂ ਕਿਸ ਤਰ੍ਹਾਂ ਦੀ ਹੈਲਪ ਤੁਸੀਂ ਕਹਿੰਦੇ ਹੋ? ਜਲਦੀ ਬੋਡੀ, ਜਲਦੀ ਤੋਂ ਜਲਦੀ ਸਾਡੀ ਜਿਹੜੀ ਹੈ ਉਹਦੇ ਡੈੱਡ ਬੋਡੀ ਉਰੇ ਆਵੇ ਤਾਂ ਕਿ ਅਸੀਂ ਹਿੰਦੂ ਰੀਤੀ ਰਿਵਾਜ਼ ਦੇ ਅਨੁਸਾਰ ਅਸੀਂ ਸੰਸਕਾਰ ਕਰ ਸਕੀਏ। ਸਾਡੀ ਦਿਲ ਨੂੰ ਥੋੜ੍ਹੀ ਜਿਹੀ ਠੰਡ ਪਵੇ। ਸਾਡੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ। ਹਾਂਜੀ, ਰਾਤੀ ਰੋਜ਼ ਹੀ ਗੱਲ ਹੁੰਦੀ, ਕੋਈ ਤੁਸੀਂ ਨਹਿਸ ਆਣੀ ਜਿਹੜੇ ਦਿਨ ਗੱਲ ਨਾ ਹੁੰਦੀ ਹੋਵੇ ਉਹਦੇ ਨਾਲ। ਹਰੇ 2 ਮਹੀਨੇ ਹੋਣਗੇ ਜੀ ਜਏ ਨੂੰ, ਸਵੇਰੇ ਅਟੈਕ ਹੋਇਆ ਜੀ, 20 ਮਿੰਟ ਚ ਪੂਰਾ ਹੋ ਗਿਆ। ਜਿਹੜੀ ਘਟਨਾ ਹੋ ਰਹੀ ਜੀ, ਬਹੁਤ ਮੰਦਭਾਗੀ ਘਟਨਾ ਹੋ ਰਹੀਆਂ ਨੇ। ਇਹ ਸਮਝ ਨਹੀਂ ਆ ਰਿਹਾ ਵੀ ਬਾਹਰਲੇ ਦੇਸ਼ ਜਾ ਕੇ ਹਾਰਟ ਅਟੈਕ ਕਿਉਂ ਹੋ ਰਹੇ ਨੇ। ਜਦ ਕੋਈ ਇਹ ਫਿਲੀਪੀਨਸ ਦੇ ਵਿੱਚ ਕੋਈ ਇਹੋ ਜਿਹੀ ਠੰਡ ਵੀ ਨਹੀਂ ਇੰਨੀ ਜ਼ਿਆਦਾ ਸੀਗੀ। ਸਵੇਰੇ ਬੈਠਾ ਜਿਹੜਾ ਬੱਚੇ ਨਾਲ ਮੇਰੀ ਗੱਲ ਹੋਈ ਹੈ, ਸਾਹਮਣੇ ਬੈਠੇ ਨੇ ਇੱਕ ਦੂਜੇ ਦੇ ਬੈੱਡ 'ਤੇ, ਉਹ ਕਹਿੰਦਾ ਮੇਰੇ ਮਾੜਾ ਜਿਹਾ ਦਰਦ ਹੋ ਰਿਹਾ। ਉਹ ਦਰਦ ਹੋਇਆ, ਉਹ ਮਾੜਾ ਜਿਹਾ ਪੈ ਗਿਆ। ਉਹ ਦੂਜਾ ਮੁੰਡਾ ਆਇਆ, ਕਹਿੰਦਾ ਇਹਦੇ ਮੂੰਹ 'ਚੋਂ ਮਿਲੀ ਜੀ ਝੱਕ ਜੀ, ਅਰੇ ਕੀ ਗੱਲ, ਕੀ ਦੇਖਿਆ? ਜਦ ਦੇਖਿਆ ਹਾਲਾਂਕਿ ਕਹਿੰਦਾ ਹੈ ਨਹੀਂ। ਉਹ ਕਹਿੰਦਾ ਸਾਨੂੰ ਅਚਾਰ ਹੋਇਆ ਵੀ ਐਵੇਂ ਵੀ ਮੌਤ ਹੁੰਦੀ ਹੈ। 15 ਮਿੰਟ ਲੱਗੇ ਨਹੀਂ, 15 ਮਿੰਟ ਬੈਠੇ ਗੱਲ ਕਰ ਰਹੇ ਹਾਂ। ਰਾਤ 11-12 ਵਜੇ ਤੱਕ ਆਪਣੇ ਆਪਣੀ ਮਾਂ ਨਾਲ ਗੱਲ ਕੀਤੀ ਹੈ ਅਤੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ। ਛੋਟੀ ਜਿਹੀ ਉਹਦੀ ਬੱਚੀ ਹੈ, ਉਹਦੇ ਪਹਿਲਾਂ ਪਿਤਾ ਜੀ ਨਹੀਂ ਹੈ। ਅਸੀਂ ਸਰਕਾਰ ਤੋਂ ਅਪੀਲ ਕਰਦੇ ਹਾਂ ਵੀ ਸਾਡੇ ਬੱਚੇ ਇਹੋ ਜਿਹਾ ਹੋਵੇ, ਸਾਡੇ ਬੱਚੇ ਸਾਨੂੰ ਬਾਹਰ ਭੇਜਣੇ ਨਾ ਪੈਣ। ਸਾਡੇ ਮਜਬੂਰੀ 'ਚ ਜਾਂ ਇੱਥੇ ਕੰਮ ਕਰ ਰੋਜ਼ਗਾਰ ਵਧੀਆ ਨਹੀਂ ਹੁੰਦਾ, ਇਸ ਕਰਕੇ ਰੋਜ਼ਗਾਰ ਦੀ ਤਲਾਸ਼ 'ਚ ਉਹ ਬਾਹਰ ਜਾਂਦੇ ਨੇ। ਬਾਹਰ ਜਾ ਕੇ ਇਹੋ ਜਿਹੇ ਹਾਦਸੇ ਹੁੰਦੇ ਨੇ ਤਾਂ ਪਰਿਵਾਰ ਦੇ ਪਰਿਵਾਰ ਖਤਮ ਹੋ ਜਾਂਦੇ ਨੇ। ਆਹ ਪਰਿਵਾਰ ਹੁਣ ਬਿਲਕੁਲ, ਇਸ ਪਰਿਵਾਰ 'ਤੇ ਕੋਈ ਆਰਥਿਕ ਦਾ ਸਹਾਰਾ ਨਹੀਂ ਰਿਹਾ। ਉਹ ਮੁੰਡਾ ਇਕੱਲਾ ਹੀ ਕਮਾਉਣ ਵਾਲਾ ਸੀ, ਉਹਦੀ ਮਾਂ, ਉਹਦੇ ਬੱਚਾ, ਉਹਦੀ ਨੂੰਹ, ਉਹਦੀ ਵਾਈਫ,
ਛੋਟਾ ਤਿੰਨੇ ਪਰਿਵਾਰ ਰਹਿ ਗਿਆ, ਬਹੁਤ ਬੁਰਾ ਹਾਲ ਹੈ। ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇੱਥੇ ਉਹਦੀ ਹੋਰ ਨਹੀਂ ਮਦਦ ਕਰ ਸਕਦੇ ਤਾਂ ਉਹਦੀ ਡੈੱਡ ਬੋਡੀ ਲਿਆਉਣ 'ਚ ਸਾਡੀ ਮਦਦ ਕਰਨ, ਜਲਦੀ ਤੋਂ ਜਲਦੀ ਉਹਦੀ ਡੈੱਡ ਬੋਡੀ ਆ ਜੇ, ਆਪਾਂ ਹਿੰਦੂ ਰੀਤੀ ਰਿਵਾਜ਼ ਦੇ ਹਿਸਾਬ ਨਾਲ ਉਹਦਾ ਸੰਸਕਾਰ ਕਰ ਸਕੇ। ਕੈਮਰਾਮੈਨ ਬੀ ਕੇ ਗਰਗ ਦੇ ਨਾਲ ਪੁਰਸ਼ੋਤਮ ਕੌਸ਼ਿਕ, ਸਮਾਣਾ ਨਿਊਜ਼।